77 ਸਾਲ ਦੇ ਆਜ਼ਾਦੀ ਦਿਵਸ ਮਨਾਉਂਦੇ ਮਨਾਉਂਦੇ ਅੱਜ ਅਸੀਂ 78ਵੇਂ ਦੇ ਸਫ਼ਰ 'ਤੇ ਨਿਕਲ ਪਏ ਹਾਂ, ਜਿਹਦੀ ਮੈਂ ਸਾਰਿਆਂ ਨੂੰ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਤੋਂ ਸ਼ੁਭਕਾਮਨਾਵਾਂ ਦੇ ਰਹੀ ਹਾਂ। ਅਤੇ ਇੱਕ ਮੈਂ ਸਾਰਿਆਂ ਪਾਸੋਂ ਇੱਕ ਪ੍ਰਣ ਚਾਹੁੰਦੀ ਹਾਂ ਕਿ ਸਾਰੇ ਮੈਨੂੰ ਇੱਕ ਵਾਅਦਾ ਕਰਨ ਕਿ ਸਿਰਫ ਇੱਕ ਦਿਨ ਦੇ ਸੈਲੀਬ੍ਰੇਸ਼ਨ ਵਾਸਤੇ ਨਹੀਂ, ਗਣਤੰਤਰ ਦਿਵਸ ਜਾਂ ਫਿਰ ਸੁਤੰਤਰਤਾ ਦਿਵਸ ਦੇ ਦਿਨ ਹੀ ਨਹੀਂ, ਅਸੀਂ ਜਿਹੜੀ ਆਜ਼ਾਦੀ ਨੂੰ ਪ੍ਰਾਪਤ ਕਰਨ ਵਾਸਤੇ ਸਾਡੇ ਵੀਰਾਂ ਨੇ, ਸ਼ੂਰਵੀਰਾਂ ਨੇ ਬਲੀਦਾਨ ਦਿੱਤਾ, ਆਪਾਂ ਜਿਹਦੇ ਜਿਹਨੂੰ ਆਪਾਂ ਹੁਣ ਇਸ ਟਾਈਮ ਮਨਾ ਰਹੇ ਹਾਂ, ਉਹਦੇ ਪਿੱਛੇ ਸਾਡਾ ਬਹੁਤ ਹੀ ਗੌਰਵਸ਼ਾਲੀ ਇਤਿਹਾਸ ਹੈ। ਉਸ ਇਤਿਹਾਸ ਨੂੰ ਬਰਕਰਾਰ ਰੱਖਣ ਵਾਸਤੇ ਮੈਂ ਸਾਰਿਆਂ ਪਾਸੋਂ ਇੱਕ ਵਾਅਦਾ ਚਾਹੁੰਦੀ ਹਾਂ ਕਿ ਸਿਰਫ ਇੱਕ ਦੋ ਦਿਨ ਵਾਸਤੇ ਹੀ ਆਪਾਂ ਸਾਰਾ ਸਾਲ ਆਪਣੇ ਝੰਡੇ ਦਾ ਸਨਮਾਨ ਕਰਦੇ ਰਹੀਏ, ਅਤੇ ਜਿਹੜਾ ਝੰਡਾ ਅਸੀਂ ਅੱਜ ਖਰੀਦਣਾ ਹੈ, ਜਿਹੜਾ ਝੰਡਾ ਅਸੀਂ ਅੱਜ ਸਾਰਿਆਂ ਨੇ ਆਪਣੇ ਘਰ ਲੈ ਕੇ ਜਾਣਾ, ਉਹਦਾ ਆਪਾਂ ਪੂਰੇ ਸਾਲ ਆਪਾਂ ਧਿਆਨ ਰੱਖੀਏ ਕਿ ਉਹਦਾ ਮਾਨ ਸਨਮਾਨ ਬਣਿਆ ਰਹੇ। ਉਹ ਸਾਡੀ ਜਿਹੜੀ ਬਲੀਦਾਨ ਦੇ ਚੁੱਕੇ ਸ਼ਹੀਦ ਹੈ ਉਹਨਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਰਹੇਗੀ। ਬਲਵਿੰਦਰ ਸ਼ਰਮਾ, ਪ੍ਰਧਾਨ ਅਖਿਲ ਭਾਰਤ ਹਿੰਦੂ ਮਹਾਂ ਸਭਾ, ਜ਼ਿਲ੍ਹਾ ਪਠਾਨਕੋਟ। ਅੱਜ ਅਸੀਂ 77ਵੀਂ ਵਰਸ਼ਗੰਢ ਆਪਣੇ ਹਿੰਦੁਸਤਾਨ ਦੇ ਆਜ਼ਾਦੀ ਦਿਵਸ ਦੀ ਮਨਾ ਕੇ 78ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਹੇ ਹਾਂ, 78ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਬਹੁਤ ਖੁਸ਼ੀ ਦੀ ਗੱਲ ਆ। ਮੈਂ ਸਾਰੇ ਆਪਣੇ ਦੇਸ਼ ਵਾਸੀਆਂ ਨੂੰ, ਆਪਣੇ ਇਲਾਕਾ ਵਾਸੀਆਂ ਨੂੰ, ਆਪਣੇ ਪੂਰੇ ਹਿੰਦੁਸਤਾਨ ਦੇ ਭਾਰਤ ਵਾਸੀਆਂ ਨੂੰ ਇਸ ਸੁਤੰਤਰਤਾ ਦਿਵਸ ਦੇ ਉੱਤੇ ਦਿਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਵਧਾਈ ਦਿੰਦਾ ਵਾਂ, ਲੱਖ ਲੱਖ ਵਧਾਈ ਦਿੰਦਾ। ਮੈਂ ਅੱਜ ਬਹੁਤ ਖੁਸ਼ੀ ਦਾ ਦਿਨ ਆ। ਮੈਂ ਸਾਰਿਆਂ ਨੂੰ ਜਿੱਥੇ ਜਿੱਥੇ ਵੀ ਝੰਡੇ ਚੜ੍ਹਾ ਰਹੇ ਨੇ, ਜਿੱਥੇ ਜਿੱਥੇ ਵੀ ਝੰਡੇ ਚੜ੍ਹਾਏ ਜਾ ਰਹੇ ਨੇ, ਮੈਂ ਸਾਰਿਆਂ ਨੂੰ ਵਧਾਈ ਦਿੰਦਿਆਂ ਹੋਇਆ ਇੱਕ ਬੇਨਤੀ ਵੀ ਕਰਦਾ ਕਿ ਇਹ ਜਿਹੜਾ ਸਾਡੇ ਦੇਸ਼ ਦਾ ਸਨਮਾਨ ਆ, ਤਿਰੰਗਾ ਝੰਡਾ ਆ, ਇਹ ਜਿੱਥੇ ਜਿੱਥੇ ਵੀ ਚੜ੍ਹਾਇਆ ਗਿਆ ਆਪਣੇ ਘਰਾਂ ਦੇ ਉੱਤੇ, ਕੋਠੀਆਂ ਦੇ ਉੱਤੇ, ਜਾਂ ਕਿਸੇ ਵੀ ਚੌਂਕਾਂ ਦੇ ਵਿੱਚ ਇਹਦੀ ਬੇਅਦਬੀ ਨਾ ਹੋਵੇ। ਮਿਹਰਬਾਨੀ ਕਰਕੇ ਇਹਨਾਂ ਝੰਡਿਆਂ ਨੂੰ ਜਦੋਂ ਤੁਸੀਂ ਉਤਾਰਦੇ ਹੋ ਬੜੀ ਇੱਜ਼ਤ ਮਾਨ ਦੇ ਨਾਲ ਰੱਖਿਆ ਜਾਵੇ। ਝੰਡੇ ਦੀ ਇੱਜ਼ਤ ਸਾਡੇ ਦੇਸ਼ ਦੀ ਇੱਜ਼ਤ ਆ। ਇਹ ਤਿਰੰਗਾ ਝੰਡਾ ਹੀ ਝੰਡਾ ਜੇ ਹੈ, ਇਹ ਸਾਡਾ ਨਿਸ਼ਾਨ ਆ ਤੇ ਸਾਡਾ ਸਭ ਕੁਛ ਆ। ਬਾਕੀ ਸਾਰੇ ਝੰਡੇ ਬਾਅਦ ਵਿੱਚ ਨੇ, ਪਹਿਲਾ ਝੰਡਾ ਸਾਡੇ ਦੇਸ਼ ਦਾ ਇਹ ਹਿੰਦੁਸਤਾਨ ਦਾ ਤਿਰੰਗਾ ਝੰਡਾ, ਜਿਹਨੂੰ ਅੱਜ ਅਸੀਂ ਸਲੂਟ ਕਰਦੇ ਹਾਂ, ਪ੍ਰਣਾਮ ਕਰਦੇ ਹਾਂ। ਜੈ ਹਿੰਦ। ਮੈਂ ਸਰਪੰਚ ਚੱਕ ਧਾਰੀਵਾਲ, ਅੱਜ ਅਸੀਂ ਝੰਡੇ ਦੀ ਰਸਮ ਜਿਹੜਾ 1978ਵਾਂ ਯਾਨੀ 78ਵਾਂ ਦਿਵਸ ਮਨਾਇਆ ਜਾ ਰਿਹਾ, ਉਹਦੇ ਜਿਨ੍ਹਾਂ ਜਿਨ੍ਹਾਂ ਸ਼ਹੀਦਾਂ ਨੇ ਬਲੀਦਾਨ ਦਿੱਤਾ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖਦਿਆਂ ਹੋਇਆ ਅਸੀਂ ਇਹ ਦਿਵਸ ਮਨਾ ਰਹੇ ਹਾਂ ਔਰ ਝੰਡੇ ਦੀ ਰਸਮ ਨੂੰ ਅਦਾ ਕੀਤਾ ਹੈ। ਇਹ ਸਾਡੇ ਸਾਰਿਆਂ ਦੇਸ਼ ਵਾਸੀਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਦਿਵਸ ਦੇ ਉੱਤੇ ਜਿਹੜਾ ਵੀ ਝੰਡਾ ਫੈਲਾਇਆ ਹੈ ਉਸ ਨੂੰ ਅਸੀਂ ਬਹੁਤ ਹੀ ਇੱਜ਼ਤ ਔਰ ਮਾਨ ਦੇਣਾ ਹੈ, ਔਰ ਤਾਂ ਕਿ ਅਸੀਂ ਆਪਣੇ ਦੇਸ਼ ਨੂੰ ਉੱਚੀਆਂ ਦਿਸ਼ਾਵਾਂ 'ਤੇ ਲਿਜਾ ਸਕੀਏ। ਬਹੁਤ ਬਹੁਤ ਧੰਨਵਾਦ। ਜੈ ਹਿੰਦ। ਜੈ ਹਿੰਦ।